ਆਪਣੀ ਇੱਥੇ ਸੜਕ 'ਤੇ ਆਪਣਾ ਲੱਗਦਾ ਵਾਹਣ, ਇੱਥੇ ਸੂਰਾਂ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਜੀ, ਆਪਣੇ ਬਹੁਤ ਜ਼ਿਆਦਾ ਨੁਕਸਾਨ ਕੀਤਾ, ਕਣਕ ਜੜ੍ਹਾਂ 'ਚੋਂ ਪੱਟਤੀ ਹੈ ਜੀ, ਅਤੇ ਹਰ ਪਾਸੇ ਆਪਾਂ ਮਾਰ ਹੀ ਪੈ ਰਹੀ ਹੈ। ਹਾਂਜੀ ਹਰ ਪਾਸੇ ਮਾਰ, ਪਹਿਲਾਂ ਸੁੰਡੀ ਦੀ ਮਾਰ ਸੀ, ਹੁਣ ਸੂਰਾਂ ਦੀ ਮਾਰ ਆਈ, ਪਹਿਲਾਂ ਗਾਵਾਂ ਦੀ ਸਮੱਸਿਆ ਹਜੇ ਪੂਰੀ ਹੱਲ ਨਹੀਂ ਹੋਏਗੀ ਅਤੇ ਹੁਣ ਸੂਰਾਂ ਦੀ ਹੋ ਗਈ ਜੀ, ਕੁੱਤਿਆਂ ਤੋਂ ਵੀ ਨਹੀਂ ਡਰਦੇ ਤਾਂ, ਅਤੇ ਇੰਨੇ ਜ਼ਿਆਦਾ ਹੈਗੇ ਸਾਨੂੰ ਜਾਨ ਦਾ ਵੀ ਖਤਰਾ ਜੀ, ਰਾਤ ਨੂੰ ਪਾਣੀ ਵਗੈਰਾ ਲਾਉਣਾ ਹੁੰਦਾ ਜੀ ਉਹਦਾ ਜਾਨ ਨੂੰ, ਅਸੀਂ ਮਹਿਕਮੇ ਨੂੰ ਇਹੀ ਬੇਨਤੀ ਕਰਦੇ ਹਾਂ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ। ਕਿੰਨੇ ਕੁ ਵੱਡੇ ਪੱਧਰ 'ਤੇ ਨੁਕਸਾਨ ਹੈਗਾ ਬਈ, ਜਿਵੇਂ ਕਿਤੇ ਆ ਜਾਂਦੇ ਤਾਂ? ਜਿਵੇਂ ਕਨਾਲ ਤੋਂ ਘੱਟ ਤਾਂ ਇਹ ਛੱਡਦੇ ਹੀ ਨਹੀਂ ਗਏ ਅੱਛਾ, ਜਦੋਂ ਆ ਜਾਣ, 20-25 ਸੂਰਾਂ ਦੀ ਟੋਲੀ ਹੈ ਜੀ, ਵੱਡੇ ਪੱਧਰ 'ਤੇ ਪੂਰਾ ਨੁਕਸਾਨ ਕਰ ਰਿਹਾ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ, ਅਸੀਂ ਬਹੁਤ ਜ਼ਿਆਦਾ ਦੁਖੀ ਹਾਂ ਜੀ ਇਹਨਾਂ ਤੋਂ। ਕੀ ਅਪੀਲ ਹੈ ਸਰਕਾਰ ਨੂੰ ਬਈ? ਇਹੀ ਅਪੀਲ ਆਈ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ, ਉੱਥੇ ਸਾਡੀ ਕਣਕ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰ ਰਿਹਾ, 15-15 20 ਐਵੇਂ ਦੀ ਟੋਲੀ ਆ ਜਾਂਦੀ ਆ, ਪਹਿਲਾਂ ਸੁੰਡੀ ਤੋਂ ਬਚੇ ਆ, ਗਾਈਆਂ ਤੋਂ ਬਚੇ, ਤਾਂ ਹੁਣ ਇਹ ਪੈ ਗਏ ਮਗਰ। ਜੇ ਕੋਈ ਖੇਤ ਆਉਂਦੇ ਆ ਰਾਤ, ਖੇਤ ਆਏ ਅਸੀਂ ਉਹਨਾਂ ਨੂੰ ਮੋੜਨ 'ਤੇ 20 ਫਿਰਦੇ ਸੀ ਇੱਥੇ ਸੂਰ ਹੈ, ਹਾਂ ਗਿਣਤੀ ਤਾਂ ਨਹੀਂ ਪਰ 20 ਅੰਦਾਜ਼ਾ ਹੈ, ਕੋਈ ਨਾ ਕੋਈ ਸਾਡੇ ਕੋਲ ਵੀ ਉਹ ਚੀਜ਼ ਹੈ ਜਾਂ ਕੋਈ ਸਾਨੂੰ ਉਹਦਾ ਬਾਰੇ 'ਚ ਕੋਈ ਪਰਮਿਸ਼ਨ ਹੀ ਦਿੱਤੀ ਜਾਵੇ ਵੀ ਇਹਨਾਂ ਨੂੰ ਕੋਈ ਰਾਤ ਬਰਾਤੇ ਅਸੀਂ ਮਾੜਾ ਮੋਟਾ ਦਵਲਣ ਜੋਗੇ ਤਾਂ ਹੋਈਏ। ਸਮੱਸਿਆ ਇਹ ਹੈ ਜੀ, ਸਭ ਤੋਂ ਪਹਿਲਾਂ ਤਾਂ ਵੀ ਕਿਸਾਨੀ 'ਤੇ ਕੋਈ ਵੀ ਹੈ ਹੁਣ ਮਾਰ ਹੀ ਪੈ ਰਹੀ ਹੈ, ਕੋਈ ਵੀ ਹੁਣ ਆਪਾਂ ਜਾਂ ਠੇਕੇ ਟੁੱਕੇ 'ਤੇ ਪੈਲੀ ਲਈ ਜਾਂਦੇ ਹਾਂ ਤਾਂ ਠੇਕੇ ਵੀ ਵਧਾਈ ਤੁਰੇ ਜਾਂਦੇ ਆ, ਰਹਿੰਦਾ ਖੁੰਦਾ ਜੀ ਹੁਣ ਸੂਰ ਆ ਗਿਆ, ਪਹਿਲਾਂ ਤਾਂ ਗਾਵਾਂ ਤੋਂ ਡਰਦੇ ਸੀਗੇ ਅਤੇ ਉਹਨਾਂ ਦਾ ਚਲੋ ਹੱਲ ਹੋ ਗਿਆ, ਠੀਕ ਹੈ ਜੀ, ਹੁਣ ਇਹ ਜ਼ਿਆਦਾਤਰ ਹੁਣ ਸੂਰ ਆ ਗਏ ਜੋ ਆਪਾਂ ਕਹਿ ਦਿੰਦੇ ਜੰਗਲੀ ਸੂਰ ਆ ਗਏ, ਇਹ ਮੰਨ ਲਾ ਵੀ 15-15 20-20 ਜਣਿਆਂ ਦੀ ਟੋਲੀ ਹੈ ਸੂਰਾਂ ਦੀ, ਅਤੇ ਰਾਤ ਨੂੰ ਮੰਨ ਲਾ ਆਉਂਦੇ ਆ ਜੀ, ਅਤੇ ਰਾਤ ਨੂੰ ਕੋਈ ਬੰਦਾ ਇਕੱਲਾ ਪਾਣੀ ਵੀ ਨਹੀਂ ਲਾ ਸਕਦਾ, ਡਰਦੇ ਆ ਕਿਉਂ ਕੋਲ ਸੋਟੀ ਹੁੰਦੀ ਹੈ, ਸੋਟੀ ਨੂੰ ਇਹ ਘਬਰਾਉਂਦੇ ਨਹੀਂ, ਕਈ ਹੁੰਦੀ ਹੈ ਤਾਂ ਨਹੀਂ ਘਬਰਾਉਂਦੇ, ਅਤੇ ਟੱਕਰ ਮਾਰਦੇ ਆ ਜੀ, ਅਤੇ ਆਹ ਹੁਣ ਜ਼ਿਆਦਾ ਨੁਕਸਾਨ ਕਰਤਾ ਜੀ, ਆ ਦੇਖੋ ਕਣਕ ਕਿੱਡੀ ਕਿੱਡੀ ਵਧੀਆ ਖੜੀ ਸੀ ਥੱਲੋਂ ਸਾਰੀ ਪੱਟਤੀ ਜੀ, ਅਤੇ ਨੁਕਸਾਨ ਕਿੰਨਾ ਕਰ ਰਹੇ ਬਈ, ਕਿੰਨੇ ਕੁ ਵੱਡੇ ਪੱਧਰ 'ਤੇ ਹੈਗੀ ਲੱਗਦਾ? ਬਹੁਤ ਨੁਕਸਾਨ ਕਰੀ ਜਾਂਦੇ ਜੀ ਬਹੁਤ, ਕਿਸੇ ਦਾ ਮੰਨ ਲਾ ਕਨਾਲ ਕਨਾਲ ਕਿਸੇ ਦੀ ਵੱਟ ਤਾਂ ਛੱਡੀ ਨਹੀਂ, ਉਹਨੂੰ ਦਿਖਾਇਆ ਹੀ ਹੈ ਸਾਰਾ, ਕੋਈ ਵੱਟ ਨਹੀਂ ਛੱਡੀ, ਠੀਕ ਹੈ, ਜਮੀਆਂ ਨੂੰ ਵੀ ਪੈ ਗਈ ਜੀ, ਜੇ ਮੰਨ ਲਾ ਕੋਈ ਸਬਜ਼ੀ ਸੁਬਜ਼ੀ ਤਾਂ ਹੋਣ ਹੀ ਨਹੀਂ ਦਿੰਦੇ, ਜਮਾਂ ਹੀ ਨਹੀਂ ਹੋਣ ਦਿੰਦੇ ਜੀ, ਹੁਣ ਕਿਸਾਨ ਕਰੂਗਾ ਕੀ, ਬਹੁਤ ਔਖੇ ਹਾਂ ਜੀ ਅਸੀਂ, ਇਹਦਾ ਕੋਈ ਨਾ ਕੋਈ ਸਰਕਾਰ ਹੱਲ ਕਰੇ, ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਜੀ। ਅਤੇ ਕੋਈ ਅਫਸਰ ਨੂੰ ਮਿਲਿਓ ਬਈ, ਦਰਖਾਸਤ ਵਗੈਰਾ ਦਿੱਤੀ? ਨਹੀਂ ਜੀ,